ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਤੇ ਹੁਣ ਦੇ ਦੇਖੋ ਇਸ ਸਮੇਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਟੂਡੈਂਟਸ ਲਈ, ਕਿਉਂਕਿ ਅਪਲਾਈ ਕਰਨਾ ਹੈ, ਕਿਵੇਂ ਕਰਨਾ ਹੈ, ਉਹ ਸਥਿਤੀਆਂ ਹੁਣ ਕੀ ਬਣੀਆਂ ਹੋਈਆਂ, ਇਸ ਦੇ ਉੱਪਰ ਤਾਂ ਦੇਖੋ ਸਵਾਲ ਸਟੂਡੈਂਟਸ ਦਾ ਬਣਿਆ ਹੋਇਆ। ਪਰ ਆਉਣ ਵਾਲੇ ਟਾਈਮ 'ਤੇ ਆਪਾਂ ਸਪਟੈਂਬਰ ਇਨਟੇਕ 'ਤੇ ਸਟੂਡੈਂਟ ਜਿਹੜਾ ਫੋਕਸ ਕਰ ਰਿਹਾ ਹੈ, ਉਹਨਾਂ ਨੂੰ ਡਿਸੀਜ਼ਨ ਅਗਰ ਲੈਣਾ ਹੈ ਕਿਹੜੀਆਂ ਗੱਲਾਂ ਮਾਈਂਡ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਅੱਜ ਦੇ ਸਮੇਂ ਵਿੱਚ, ਤਾਂ ਕਿ ਕਿਉਂਕਿ ਉਹ ਟਾਈਮ ਚਲਾ ਗਿਆ ਜਦੋਂ ਇੱਕ ਹੁੰਦਾ ਸੀ ਮੰਨ ਕੇ ਬਸ ਕਿਤੇ ਇੱਕ ਜਗ੍ਹਾ ਅਸੀਂ ਅਪਲਾਈ ਕਰਨਾ ਹੈ, ਅਸੀਂ ਆਪਣੇ ਸਾਰੇ ਪੇਪਰ ਜੋ ਹੈ ਕੰਸਲਟੈਂਟ ਨੂੰ ਦੇ ਦਿੱਤੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ। ਅੱਜ ਤਾਂ ਟਾਈਮ ਬਦਲ ਗਿਆ ਜਿਸ ਤਰੀਕੇ ਨਾਲ ਅਪਡੇਟਸ ਹੋ ਰਹੇ ਨੇ, ਅਤੇ ਸਾਡੀ ਇਹ ਕੋਸ਼ਿਸ਼ ਹਮੇਸ਼ਾ ਕਿ ਇਹਨਾਂ ਵੀਡੀਓਜ਼ ਦੇ ਜ਼ਰੀਏ ਤੁਹਾਨੂੰ ਪੂਰਾ ਅਵੇਅਰ ਕਰੀਏ ਜਿਹੜੀਆਂ ਜ਼ਰੂਰੀ ਗੱਲਾਂ ਨੇ, ਤੁਹਾਡੇ ਟਿਪਸ ਤੇ ਹੋਣ, ਇਸ ਲਈ ਅਸੀਂ ਮਾਹਿਰ ਸਲਾਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਤੇ ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਅੱਜ ਵੀ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਕੁਝ ਖਾਸ ਗੱਲਾਂ ਕਮਿੰਗ ਇਨਟੇਕ ਨੂੰ ਲੈ ਕੇ, ਸਪੈਸ਼ਲੀ ਜਿਹੜੇ ਬੱਚਿਆਂ ਨੇ ਹੁਣ ਅਪਲਾਈ ਕਰਨਾ ਉਹ ਦੇਰੀ ਨਾ ਕਰਨ, ਅਤੇ ਕਿਹੜੀ ਗੱਲਾਂ ਦਾ ਇੱਥੇ ਧਿਆਨ ਤੁਸੀਂ ਜ਼ਰੂਰ ਰੱਖਣਾ, ਤਾਂ ਕਿ ਤੁਸੀਂ ਇੱਕ ਪੋਜ਼ਿਟਿਵਲੀ ਅੱਗੇ ਵੱਧ ਸਕੋ ਔਰ ਤੁਹਾਨੂੰ ਪਤਾ ਹੋਵੇ ਕਿ ਯੈਸ ਮੇਰੇ ਚਾਂਸਿਸ ਇੱਥੇ ਬ੍ਰਾਈਟ ਜ਼ਰੂਰ ਨਜ਼ਰ ਆ ਰਹੇ ਨੇ ਜੇਕਰ ਮੈਂ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰਾਂ। ਅਤੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਮੈਮ, ਕੈਨੇਡਾ ਸਟੱਡੀ ਵੀਜ਼ਾ ਦੀ ਜਿੱਥੇ ਅੱਜ ਗੱਲ ਕਰੀਏ, ਇੱਕ ਸਮਾਂ ਸੀ ਜਦ ਬੜਾ ਈਜ਼ੀ ਲੱਗਦਾ ਸੀ ਕਿ ਕੈਨੇਡਾ ਆਪਾਂ ਅਪਲਾਈ ਕਰ ਰਹੇ ਹਾਂ ਤਾਂ ਸਟੂਡੈਂਟ ਦੀ ਪ੍ਰੋਫਾਈਲ ਹੈ, SDS ਹੈ, ਤਾਂ ਬਹੁਤ ਚੰਗੇ ਚਾਂਸਿਸ ਸੀ। ਅਤੇ ਅੱਜ ਦੇ ਟਾਈਮ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਚੰਗੇ ਚਾਂਸਿਸ ਦਿਖਦੇ ਨੇ? ਨਾਲ ਦੀ ਨਾਲ ਆਪਾਂ ਕਮਿੰਗ ਇਨਟੇਕ ਦੀ ਜਦ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਤੁਸੀਂ ਕਹੋਗੇ ਕਿ ਯੈਸ ਇਹ ਅਪਲਾਈ ਕਰਨ ਅਤੇ ਇਹਨਾਂ ਦੇ ਪੂਰੇ ਚਾਂਸਿਸ ਨੇ ਕਿ ਇਹਨਾਂ ਦਾ ਵੀਜ਼ਾ ਆਏਗਾ? ਦੇਖੋ ਹਰਜੋਤ, ਯੂਨੀਵਰਸਿਟੀ ਰੈਪਸ ਅੱਜ ਆਫਿਸ 'ਚ ਆਏ ਹੋਏ ਸੀਗੇ ਔਰ 20 ਤਰੀਕ ਨੂੰ ਸਾਡਾ ਸੈਮੀਨਾਰ ਵੀ ਹੈ, ਅਤੇ ਇੱਕ ਬੜੀ ਅੱਛੀ ਗੱਲ ਨਿਕਲ ਕੇ ਆਈ ਹੈ ਕੈਨੇਡਾ ਦੀ ਕਿ ਸਗੋਂ ਜਿਹੜੇ ਪ੍ਰਾਈਵੇਟ ਕਾਲਜਿਸ ਬੰਦ ਹੋਏ ਜਾਂ ਉਹਨਾਂ ਨੂੰ ਸੀਟਾਂ ਘੱਟ ਮਿਲੀਆਂ ਉਹ ਸਾਰੇ ਗਵਰਨਮੈਂਟ ਕਾਲਜਿਸ ਨੂੰ ਮਿਲ ਗਈਆਂ, ਅਤੇ ਉਹਨਾਂ ਦੇ ਵਾਸਤੇ ਤਾਂ ਵੱਧ ਹੀ ਹੋਈਆਂ ਘੱਟ ਨਹੀਂ ਹੋਈਆਂ। ਇਸ ਕਰਕੇ ਅਸੀਂ ਇਹ ਨਹੀਂ ਮੰਨ ਸਕਦੇ ਕਿ ਕੋਈ ਮੁਸ਼ਕਲ ਹੋਈ ਹੈ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਟੂਡੈਂਟ ਨੂੰ ਲੱਗਦੀ ਸੀ ਕਿ PL ਜਿਹੜੀ ਹੈ ਅਟੈਸਟੇਸ਼ਨ ਲੈਟਰ ਉਹਦੇ ਵਿੱਚ ਕੋਈ ਲੇਟ ਹੋਏਗਾ, ਉਹਨਾਂ ਨੇ ਕਿਹਾ ਉਹ ਵੀ ਅਸੀਂ 48 ਘੰਟੇ 48 ਆਵਰਸ ਦੇ ਅੰਦਰ 2 ਦਿਨ ਦੇ ਅੰਦਰ ਤੁਹਾਨੂੰ ਅਟੈਸਟੇਸ਼ਨ ਲੈਟਰ ਮਿਲ ਜਾਏਗੀ। ਅਤੇ ਹੁਣ ਤਾਂ ਕਿਸੇ ਚੀਜ਼ ਦਾ ਕੋਈ ਡਰ ਹੀ ਨਹੀਂ ਹੈ, ਸਾਰੀ ਚੀਜ਼ਾਂ ਕਲੀਅਰ ਹੋ ਗਈ, ਕਿਹੜਾ ਕੋਟਾ ਕਿੰਨੇ ਕਾਲਜ ਨੂੰ ਮਤਲਬ ਕਿਹੜੇ ਕਿਹੜੇ ਕਾਲਜ ਨੂੰ ਕਿੰਨਾ ਕੋਟਾ ਔਰ ਕਿਹੜੀ ਸਟੇਟ ਨੂੰ ਕਿੰਨਾ ਕੋਟਾ, ਔਰ ਮੈਕਸੀਮਮ ਸਾਰਿਆਂ ਨੂੰ ਬਹੁਤ ਅੱਛਾ ਮਿਲਿਆ। ਹਜੇ ਵੀ ਜਿੱਦਾਂ ਸੈਲਕੜੀ ਕਾਲਜ ਦੀ ਮੈਂ ਗੱਲ ਕਰਦੀ ਹਾਂ ਅੱਜ, ਕਿ ਸਭ ਤੋਂ ਸਸਤੇ ਪ੍ਰੋਗਰਾਮ ਹੈ ਉਹਨਾਂ ਦੇ, ਮਾਸਟਰ PG ਡਿਪਲੋਮਾ ਜਿਹੜੇ ਆ ਉਹਨਾਂ ਦੇ ਸਾਰੇ ਪ੍ਰੋਗਰਾਮ ਅਵੇਲੇਬਲ ਹੈ, ਟਰੈਵਲ ਟੂਰਿਜ਼ਮ 'ਚ ਕਹਿ ਲਓ, ਬਿਜ਼ਨਸ 'ਚ ਕਹਿ ਲਓ ਤੁਸੀਂ, ਜਾਂ ਗ੍ਰੈਨਾਟੋਲੋਜੀ ਜਿਹੜੇ ਨਰਸਿੰਗ ਦੇ ਰਿਲੇਟਿਡ, ਓਲਡ ਏਜ ਤੋਂ ਰਿਲੇਟਿਡ ਹੈ, ਜਿਹਨੂੰ ਕੋਈ ਜਨਰਟੋਲੋਜੀ ਔਰ ਕੋਈ ਗ੍ਰੈਨਾਟੋਲੋਜੀ ਕਹਿੰਦੇ ਆ, ਠੀਕ ਹੈ, ਇੱਦਾਂ ਦੇ ਪ੍ਰੋਗਰਾਮ ਹੈ। ਫਿਰ ਇੱਦਾਂ ਹੀ ਅੰਡਰ ਗ੍ਰੈਡ ਦੇ ਪ੍ਰੋਗਰਾਮ ਹੈ, ਜਿਹੜੇ ਸਟੂਡੈਂਟ ਕਹਿੰਦੇ ਕਿ ਇੱਥੇ ਕੰਮ ਨਹੀਂ ਮਿਲਦਾ ਕੈਨੇਡਾ ਦੇ ਵਿੱਚ, ਗੈਰੰਟਿਡ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਇੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਆਏਗੀ। ਕੈਸਲਗੜ 'ਚ ਕੈਂਪਸ ਹੈ, ਤੁਸੀਂ 3 ਕੈਂਪਸ ਹੈ ਇਹਨਾਂ ਦੇ, ਤੁਸੀਂ ਆਪ ਸਰਚ ਕਰੋ ਕਿਸੇ ਪ੍ਰੋਗਰਾਮ ਦੇ, ਕੋਈ ਮਰਜ਼ੀ NLC ਕਾਲਜ 'ਚ ਚਲੇ ਜਾਓ, ਤੁਸੀਂ ਨਾਇਗਰਾ 'ਚ ਚਲੇ ਜਾਓ, ਇਹ ਗੈਰੰਟਿਡ ਕਹਿੰਦੇ ਹਾਂ ਤੁਹਾਨੂੰ ਕਿ ਉੱਥੇ ਜਿਹੜੇ ਰੀਜਨਲ ਏਰੀਆ 'ਚ ਹੈ ਤੁਹਾਨੂੰ ਕੋਈ ਜੋਬ ਦੀ ਪ੍ਰੋਬਲਮ ਨਹੀਂ ਆਏਗੀ। ਜੇ ਕਿਸੇ ਸਿਟੀ 'ਚ ਬੱਚਾ ਬਹੁਤ ਚਲਿਆ ਗਿਆ ਉਹ ਵੀ ਮੈਂ ਕਹਿੰਦੀ ਹਾਂ ਟੈਂਪਰੇਰੀ ਪ੍ਰੋਬਲਮ ਹੈ, ਪਰ ਜਿਹੜੀ ਜਗ੍ਹਾ ਅਸੀਂ ਕਹਿ ਰਹੇ ਹਾਂ ਰੀਜਨਲ, ਕਿਉਂਕਿ ਮੈਂ ਹਮੇਸ਼ਾ ਤੋਂ ਰੀਜਨਲ ਨੂੰ ਪ੍ਰਮੋਟ ਕਰਦੀ ਰਹੀ ਹਾਂ, PR ਬਹੁਤ ਸੌਖੀ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਜਿਹੜੇ ਏਰੀਆ ਜਿਹੜੇ ਅਸੀਂ ਦੱਸਦੇ ਹਾਂ ਉਹ RINP ਦੇ ਅੰਡਰ ਹੈ। RINP ਕੀ ਹੈ? ਰੀਜਨਲ ਏਰੀਆ ਦਾ ਇੱਕ ਪ੍ਰਮੋਟ ਕਰਨ ਦਾ ਪ੍ਰੋਗਰਾਮ ਹੈ, 14 ਏਰੀਆ ਉਹਦੇ ਵਿੱਚ ਨੋਮੀਨੇਟ ਕੀਤੇ ਗਏ ਆ, ਜਿਹੜੇ ਕਾਲਜ ਦੀ ਹੁਣ ਮੈਂ ਗੱਲ ਕਰ ਰਹੀ ਹਾਂ ਇਹ ਵੀ ਰੀਜਨਲ ਦੇ ਅੰਡਰ ਆਉਂਦਾ। ਇਹਦੇ ਵਿੱਚ ਜਦ ਬੱਚੇ ਨੇ ਉੱਥੇ ਪੜ੍ਹਾਈ ਖਤਮ ਕਰ ਲਈ, ਜਦ ਪੜ੍ਹਾਈ ਖਤਮ ਕਰਦੇ ਹੋ, ਕਿਉਂਕਿ ਜਾਣਦੇ ਸਾਰ ਹੀ ਤੁਹਾਨੂੰ ਉੱਥੇ ਜੋਬ ਅਵੇਲੇਬਿਲਟੀਜ਼ ਬਹੁਤ ਜ਼ਿਆਦਾ ਹੈ, ਜੋਬ ਕਰਦੇ ਹੋ
ਅਤੇ ਜੋਬ ਕਰਨ ਦੇ ਸਾਰ ਜੋ ਤੁਹਾਨੂੰ ਉਹ ਜੋਬ ਆਫਰ ਲੈਟਰ ਦੇ ਦਿੰਦੇ ਆ, ਅਤੇ ਪੜ੍ਹਾਈ ਖਤਮ ਕਰਨ ਦੇ ਸਾਰ ਹੀ ਤੁਸੀਂ PR ਪਾ ਸਕਦੇ ਹੋ। ਤੁਹਾਨੂੰ ਕੋਈ ਲੋੜ ਨਹੀਂ ਹੈ ਕਿ 2 ਸਾਲ ਵੇਟ ਕਰਨਾ ਜਾਂ 3 ਸਾਲ ਵੇਟ ਕਰਨਾ ਜਾਂ ਪੁਆਇੰਟ ਪੂਰੇ ਬਣਾਉਣੇ, ਕਿਉਂਕਿ ਜੋਬ ਆਫਰ ਲੈਟਰ ਦੇ ਪੁਆਇੰਟ ਹੁੰਦੇ ਆ। ਅਤੇ RINP ਦੇ ਵਿੱਚ ਤੁਹਾਨੂੰ ਜੋਬ ਆਫਰ ਲੈਟਰ ਖਾਲੀ ਚਾਹੀਦੀ ਹੈ। ਤੁਸੀਂ ਉਹੋ ਜਿਹਾ ਏਰੀਆ ਚੂਜ਼ ਕਰੋ ਜਿਹੜਾ RINP ਦੇ ਅੰਡਰ ਹੋਏ, ਜਿਹੜਾ ਰੀਜਨਲ ਏਰੀਆ ਹੋਈ ਆ, ਜਿਹੜੇ ਏਰੀਆ ਦੇ ਵਿੱਚ ਕੁਛ ਘੰਟਿਆਂ ਦਾ ਉਹਨਾਂ ਨੇ ਜਿੱਦਾਂ ਦੱਸਿਆ ਸਸਕੇਸ਼ਵਨ 'ਚ ਕਿ 870 ਘੰਟੇ ਕੰਮ ਕਰੋ ਔਰ ਤੁਸੀਂ ਆਪਣੇ PR ਅਪਲਾਈ ਕਰੋ, ਜਾਂ ਨਿਊ ਬਰਨਸਵਿਕ 'ਚ 2 ਈਅਰਸ ਪੜ੍ਹਨ ਦੇ ਸਾਰੇ ਗਰੰਟਿਡ PR। ਇਹ ਸਾਰੇ ਬਹੁਤ ਸੌਖੇ ਹੈ। ਖਾਲੀ PR ਨਹੀਂ, ਤੁਹਾਨੂੰ ਕੰਮ ਦੀ ਵੀ ਗਰੰਟੀ ਮਿਲ ਰਹੀ ਹੈ 101%। ਅਤੇ ਖਾਲੀ ਚਾਹੀਦਾ ਕੀ ਹੈ, ਫੀਸ ਸਭ ਤੋਂ ਘੱਟ ਦੀ ਮੈਂ ਕਲੇਮ ਕੀਤਾ, 15,000 to $17,000 ਦੀ ਫੀਸ ਹੈ, ਜਿਹੜੀ ਕਿ ਘੱਟ ਤੋਂ ਘੱਟ ਫੀਸ ਚਾਹੁੰਦੀ ਹੈ ਕਾਲਜਿਸ ਦੇ ਹਿਸਾਬ ਨਾਲ। ਕਿਉਂਕਿ ਇਹ ਕਾਲਜ ਦੀ ਫੀਸ ਜਦ ਅਸੀਂ ਅੱਜ ਤੋਂ 8-10 ਸਾਲ ਪਹਿਲੇ ਭੇਜਦੇ ਸੀ, $10,000, $9,800 ਹੁੰਦੇ ਸੀ, ਕਿਉਂਕਿ ਹਰ ਸਾਲ ਜਿਹੜਾ 5-10% ਵੱਧਦਾ ਉਹਦੇ ਹਿਸਾਬ ਨਾਲ ਹਜੇ ਜਾ ਕੇ ਇੰਨੀ ਕੀ ਫੀਸ ਹੋਈ ਹੈ। ਫੀਸ ਬਹੁਤ ਕੰਫਰਟੇਬਲ ਹੈ, ਤੁਹਾਨੂੰ PR ਦੀ ਤੁਹਾਨੂੰ 100% ਛੋਟ ਹੈ, ਪ੍ਰੋਗਰਾਮ ਬਹੁਤ ਅੱਛੇ ਹੈ। ਤੁਸੀਂ ਦੇਖੋ ਜੇ ਜੋਬ ਓਰੀਐਂਟਡ ਪ੍ਰੋਗਰਾਮ ਦੇਖਣਾ ਕਿਸੇ ਵੀ ਕੰਟਰੀ 'ਚ, ਟਰੈਵਲ ਟੂਰਿਜ਼ਮ ਲੈ ਲਓ, ਆਰਟਸ ਵਾਲਾ ਬੱਚਾ ਵੀ ਲੈ ਸਕਦਾ ਉਸ ਪ੍ਰੋਗਰਾਮ ਨੂੰ। IELTS 6 band ਈਚ ਜਾਂ PG ਡਿਪਲੋਮਾ ਵਾਸਤੇ 6.5, ਨੋਟ ਲੈਸ ਦੈਨ 6। ਇਹ ਹਰ ਕਾਲਜ ਦੇ ਆਲਮੋਸਟ ਇਹੀ ਰਿਕੁਆਇਰਮੈਂਟ ਹੋਣਗੀਆਂ ਤੁਹਾਨੂੰ। ਖਾਲੀ ਇਹ ਹੈ ਕਿ ਫੀਸ ਘੱਟ ਵੱਧ ਹੋ ਸਕਦੀ ਹੈ, ਕੋਰਸ ਸਿਸਟਮ ਅਵੇਲੇਬਲ ਹੈ ਜਾਂ ਨਹੀਂ ਹੈ। ਜਿਹੜੇ ਕਾਲਜ ਦੀ ਮੈਂ ਗੱਲ ਕਰ ਰਹੀ ਹਾਂ, ਇਹਦੇ ਵਿੱਚ ਮੈਕਸੀਮਮ ਕੋਰਸਿਸ ਹਜੇ ਅਵੇਲੇਬਲ ਹੈ, ਔਰ ਇਹਦੇ ਵਿੱਚ ਬੱਚਾ ਜਿਹੜਾ, ਕਿਉਂਕਿ PR ਦੇ ਲਿਸਟ ਸਭ ਤੋਂ ਉੱਪਰ ਨਾਮ ਆਉਂਦਾ, ਤਾਂ ਤੁਸੀਂ ਇਸ ਚੀਜ਼ ਦਾ ਬੈਨੀਫਿਟ ਉਠਾ ਸਕਦੇ ਹੋ। ਜੀ ਜੀ ਜੀ, ਦੇਖੋ ਮੈਮ ਨੇ ਖੁੱਲ੍ਹ ਕੇ ਪੂਰੀ ਡਿਟੇਲ ਵਿੱਚ ਸਾਨੂੰ ਚੀਜ਼ਾਂ ਸਮਝਾਈਆਂ ਨੇ, ਅਤੇ ਸਟੂਡੈਂਟ ਜ਼ਰੂਰ ਇਹਨਾਂ ਗੱਲਾਂ ਨੂੰ ਸਮਝਣ ਕਿ ਰਾਈਟ ਵੇ ਕੀ ਹੈ, ਸਹੀ ਤਰ੍ਹਾਂ ਨਾਲ ਸਹੀ ਪ੍ਰੋਸੈਸ ਕੰਪਲੀਟ ਕਰਦੇ ਹੋਏ ਅੱਗੇ ਵਧਣ ਦਾ, ਜਿਸ ਦੇ ਨਾਲ ਤੁਹਾਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਅੱਗੋ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪਏਗੀ। ਸੋ ਦੇਖੋ ਕੋਈ ਸਵਾਲ ਹੈ, ਟਾਈਮਲੀ ਤੁਸੀਂ ਇਹਨੂੰ ਜ਼ਰੂਰ ਕਲੀਅਰ ਕਰ ਲਓ ਆਪਣੇ ਡਾਊਟ ਨੂੰ, ਤਾਂ ਕਿ ਤੁਸੀਂ ਅਪਲਾਈ ਕਰਨ ਨੂੰ ਲੈ ਕੇ ਤੁਹਾਡਾ ਮਾਇੰਡ ਪੂਰਾ ਕਲੀਅਰ ਹੋਵੇ। ਮੈਮ, ਸਪਟੰਬਰ ਇਨਟੇਕ ਲਈ ਕਿੰਨਾ ਕੁ ਰਸ਼ ਲੱਗ ਰਿਹਾ, ਔਰ ਸਟੂਡੈਂਟ ਕਦੋਂ ਕੁ ਲਾਸਟ ਟੂ ਲਾਸਟ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਪਲਾਈ ਕਰ ਲੈਣ? ਤੁਸੀਂ ਇਹ ਦੇਖੋ ਕਿ ਮੈਂ ਹਰ ਪ੍ਰੋਗਰਾਮ 'ਚ ਕਹਿੰਦੀ ਹਾਂ ਕਿ ਸੈਪਟੈਂਬਰ ਵਾਸਤੇ ਸੀਟਾਂ ਬਾੜੇ ਨਹੀਂ ਬਚੀਆਂ, ਬਹੁਤ ਜ਼ਿਆਦਾ ਸੀਟਾਂ ਨਹੀਂ ਬਚੀਆਂ। ਬਟ ਜਿਹੜੇ ਕਾਲਜ 'ਚ ਜਿਹੜੀ ਸੀਟ ਹੈ, ਜਾਂ ਅੱਜ ਮੈਂ ਪ੍ਰੋਗਰਾਮ 'ਚ ਕਹਿ ਰਹੀ ਹਾਂ ਅਵੇਲੇਬਲ, ਹੋ ਸਕਦਾ 4 ਦਿਨ ਬਾਅਦ ਨਾ ਅਵੇਲੇਬਲ, ਕਿਉਂਕਿ ਇਹ ਸੀਟਾਂ ਜਿਹੜੀ ਆਲ ਓਵਰ ਵਰਲਡ ਦਾ ਕੋਟਾ ਹੁੰਦਾ, ਖਾਲੀ ਇੰਡੀਆ ਦਾ ਨਹੀਂ ਜਾਂ ਖਾਲੀ ਪੰਜਾਬ ਦਾ ਨਹੀਂ, ਆਲ ਓਵਰ ਵਰਲਡ ਦਾ ਹੁੰਦਾ। ਕੈਨੇਡਾ ਆਪਾਂ ਨੂੰ ਇਸ ਕਰਕੇ ਵੀ ਪ੍ਰੈਫਰ ਕਰਨਾ ਚਾਹੀਦਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਪ੍ਰੋਬਲਮ ਹੈ, ਰੀਜਨਲ ਜਿਹੜੇ ਪੰਜਾਬ ਬੋਰਡ ਨੂੰ ਨਹੀਂ ਲੈ ਰਹੇ, ਹਰਿਆਣਾ ਬੋਰਡ ਨੂੰ ਨਹੀਂ ਲੈ ਰਹੇ, ਕੈਨੇਡਾ ਦੇ ਵਿੱਚ ਇਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਤੁਸੀਂ ਆਰਾਮ ਨਾਲ, ਬਸ ਤੁਹਾਡੇ ਬੈਂਡ ਪੂਰੇ ਹੋਣੇ ਚਾਹੀਦੇ ਆ, ਗੈਪ ਵੀ 1-2 ਸਾਲ, 3 ਸਾਲ ਦੇ ਕੋਈ ਪ੍ਰੋਬਲਮ ਨਹੀਂ ਹੈ। ਕਈ ਵਾਰੀ ਬਹੁਤ ਜ਼ਿਆਦਾ ਗੈਪ ਵਾਲਿਆਂ ਦੇ ਵੀ ਵੀਜ਼ੇ ਆ ਰਹੇ, ਇਸ ਕਰਕੇ ਤੁਹਾਨੂੰ ਜਿੱਥੇ ਜੋਬ ਅੱਛੀ ਮਿਲ ਰਹੀ ਹੈ, ਤੁਹਾਨੂੰ ਉਹ ਏਰੀਆ ਲੈਣਾ ਚਾਹੀਦਾ ਜਿੱਥੇ ਤੁਹਾਨੂੰ ਕੋਈ ਗੈਪ ਦਾ ਕੋਈ ਇਹ ਸਾਰੇ ਪ੍ਰੋਬਲਮ ਨਹੀਂ ਹੋ ਰਹੀ, ਕੋਰਸ ਅੱਛਾ ਮਿਲ ਰਿਹਾ, ਜੋਬ ਓਰੀਐਂਟਡ ਕੋਰਸ ਮਿਲ ਰਿਹਾ, PR ਈਜ਼ੀ ਮਿਲ ਰਹੀ ਹੈ, ਤੁਸੀਂ ਹਮੇਸ਼ਾ ਉਹੋ ਜਿਹੇ ਜਿਹੜੇ ਆ ਏਰੀਆ ਚੂਜ਼ ਕਰੋ। ਜੀ ਜੀ ਜੀ, ਬਿਲਕੁਲ। ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ, ਕੋਈ ਸਵਾਲ ਹੈ ਤੁਹਾਡਾ ਤਾਂ ਸਟੂਡੈਂਟ ਜ਼ਰੂਰ ਜਿਹੜਾ ਨੰਬਰ ਡਿਸਪਲੇ ਨੈਵੀਗੇਟਰਸ ਓਵਰਸੀਜ਼ ਹੈ ਇਸ ਉੱਪਰ ਕਾਲ ਕਰਕੇ ਪੂਰੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਮੈਮ, ਤੁਹਾਡਾ ਬਹੁਤ ਬਹੁਤ ਥੈਂਕਸ, ਹਰਵਰ ਦੀ ਤਰ੍ਹਾਂ ਅੱਜ ਵੀ ਤੁਸੀਂ ਬਹੁਤ ਚੰਗੇ ਪੁਆਇੰਟਸ ਜੋ ਹੈ ਸਟੂਡੈਂਟਸ ਨੂੰ ਕਲੀਅਰ ਕੀਤੇ ਨੇ, ਤਾਂ ਕਿ ਸਟੂਡੈਂਟਸ ਕਿਤੇ ਵੀ ਜੋ ਹੈ ਕਨਫਿਊਜ਼ ਨਾ ਹੋਣ ਔਰ ਆਪਣਾ ਡਿਸੀਜ਼ਨ ਸਹੀ ਢੰਗ ਨਾਲ ਜ਼ਰੂਰ ਲੈ ਸਕਣ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।